ਪੰਜਾਬ ਵਿੱਚ ਬੇਅਦਬੀ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਤਾਜ਼ਾ ਮਾਮਲਾ ਬਠਿੰਡਾ ਦੀ ਧੋਬੀਆਣਾ ਬਸਤੀ ਚ ਸਾਹਮਣੇ ਆਇਆ ਹੈ, ਜਿੱਥੇ ਦੋ ਔਰਤਾਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਗਈ। ਬੇਅਦਬੀ ਦੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ। ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇੱਕ ਔਰਤ ਗੁਰੂ ਮਰਿਆਦਾ ਭੰਗ ਕਰਦੇ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਨੂੰ ਸਿਰ ਤੇ ਚੁੱਕ ਕੇ ਬਾਹਰ ਲਿਆਉਂਦੀ ਹੈ ਤੇ ਫਿਰ ਉਸਦੀ ਸਹੁੰ ਖਾ ਕੇ ਮੁੜ ਬੀੜ ਸਾਹਿਬ ਅੰਦਰ ਰੱਖ ਦਿੰਦੀ ਹੈ। ਦਰਅਸਲ ਇਹ ਸਾਰਾ ਰੌਲਾ ਜ਼ਮੀਨ ਨੂੰ ਲੈ ਕੇ ਹੈ, ਜਿਸ 'ਚ ਖੁਦ ਨੂੰ ਸੱਚਾ ਸਾਬਿਤ ਕਰਦੇ ਹੋਏ ਔਰਤ ਨੇ ਇਸ ਕਾਰਵਾਈ ਨੂੰ ਅੰਜਾਮ ਦਿੱਤਾ। ਇਹ ਕੁਲਵਿੰਦਰ ਕੌਰ ਨੇ ਜਗ੍ਹਾ ਉਹ ਦੂਜੀ ਨੂੰ ਦਵਾਈ ਤੀ, ਉਹਦਾ ਨਾਂ ਦੂਜੀ ਦਾ ਕਰਨ ਮੈਂ ਜਾਣਦਾ ਨਹੀਂ ਹੁਣ, ਜਸਪਾਲ ਕੌਰ ਆ ਪਤਾ ਕੀ ਆ ਜੀ, ਉਹਨੂੰ ਜਗ੍ਹਾ ਦਵਾਈ ਤੀ ਜੀ। ਉਹਨੂੰ ਉਹ ਕਹਿੰਦੀ ਹੈ ਕਿ ਮੈਨੂੰ ਕੁਲਵਿੰਦਰ ਕੌਰ ਕਹਿੰਦੀ ਆ ਵੀ ਤੂੰ ਤਾਂ ਥਾਂ ਛੱਡੀ ਨਾ ਦੱਬ ਲਈ, ਇਹ ਜਿਹੜਾ ਕਿਰਾਏ 'ਤੇ ਲਿਆ ਹੋਇਆ ਉਹ ਥਾਂ ਛੱਡੀ ਨਾ। ਅਤੇ ਉਹ ਕੁਲਵਿੰਦਰ ਕਹਿੰਦੀ ਮੈਂ ਕਦੋਂ ਆਖਿਆ ਤੈਨੂੰ, ਉਹ ਆਪ 'ਚ ਸੌਹਾਂ ਖਾਂਦੀਆਂ ਤੀਆਂ, ਸੌਹਾਂ ਖਾਂਦੀਆਂ ਨੇ ਉਹਨਾਂ ਨੇ ਮਹਾਰਾਜ ਦੀ ਬੀੜ ਚੱਕ ਲਈ ਸਿਰ 'ਤੇ, ਵੀ ਮੈਂ ਨਹੀਂ ਕਿਹਾ, ਉਹ ਕਹਿੰਦੀ ਮੈਂ ਨਹੀਂ ਕਿਹਾ। ਕੀ ਬੀੜ ਆਪਣੇ ਗੁਰੂ ਗ੍ਰੰਥ ਸਾਹਿਬ ਬੀੜ ਜਿਹੜੀ ਸੀਗੀ ਉਹ ਸੁੱਖ ਆਸਣ ਸੀਗੀ ਕਿ ਜਾਂ? ਨਾ ਨਾ ਨਾ, ਉਹ ਜੀ ਪ੍ਰਕਾਸ਼ ਸੀ ਜੀ, 3 ਵਜੇ ਦਾ ਟਾਈਮ ਤੇ ਸਾਰੇ ਜੀ ਉਸ ਤਰ੍ਹਾਂ ਹੀ ਚੱਕ ਕੇ ਮਤਲਬ ਕਿ ਹਾਂ ਉੱਥੋਂ ਘਰ ਇੱਥੇ ਬਾਹਰ ਕੇ ਆ ਗਈਆਂ। ਬਸ ਅਸੀਂ ਲੈ ਕੇ ਖਿੱਚ ਕੇ ਵੀ ਭਾਈ ਇਹ ਕੀ ਕਰਦੀਆਂ ਤੁਸੀਂ, ਬਸ ਅਸੀਂ ਐਂ ਕਰਕੇ ਇੰਨੇ ਨੂੰ ਬਸ ਸਾਡੇ ਪਹਿਲਾਂ ਮਤਲਬ ਆਇਆ ਸੀ, ਉਹਨਾਂ ਨੇ ਪ੍ਰਚਾਰਕ ਬੁਲਾਇਆ ਸੀ ਸਾਡੇ ਵਿਰੁੱਧ, ਉਸ ਨੇ ਆਪਣੇ ਜਸਪਾਲ ਕੌਰ ਨੇ, ਫਿਰ ਕੋਈ ਪੁਲਿਸ ਵੀ ਆਈ ਹੈ ਜੀ, ਫਿਰ ਉਸ ਤੋਂ ਬਾਅਦ ਤਾਂ ਬੜਾ ਕੁਛ ਹੋਇਆ ਜੀ, ਫਿਰ ਉਹਨਾਂ ਲੈ ਕੇ ਚੱਕ ਕੇ ਇੱਥੋਂ ਚੱਕ ਲੈ ਗਏ। ਹਾਂ, ਪੁਲਿਸ ਨੇ ਗ੍ਰੰਥੀ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰ ਪੁਲਿਸ ਨੇ ਦੋਸ਼ੀ ਦੋ ਔਰਤਾਂ ਖਿਲਾਫ ਮਾਮਲਾ ਦਰਜ ਕਰਦੇ ਹੋਏ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇੱਕ ਲੇਡੀ ਮਨਜੀਤ ਕੌਰ ਹੈ ਜਿਹੜੀ, ਉਹਨੇ ਟੈਸਟ ਚਾ ਕੇ ਗੁਰਦੁਆਰਾ ਸਾਹਿਬ ਦੀ ਬੀੜ ਜਿਹੜੀ ਹੈ ਆਪਣੇ ਸਿਰ 'ਤੇ ਰੱਖ ਕੇ ਵਿਹੜੇ ਵਿੱਚ ਲਿਆ ਕੇ ਬਿਨਾਂ ਮਰਿਆਦਾ ਜਿਹੜੀ ਹੈ ਉਹ ਚੱਕ ਕੇ ਬਾਹਰ ਲਿਆਉਂਦੀ ਅਤੇ ਉਸ ਦੀ ਮਰਿਆਦਾ ਭੰਗ ਕਰਤੀ, ਜਿਸ 'ਤੇ ਸਿੱਖ ਭਾਵਾਂ ਨਾਲ ਉਹਨੂੰ ਠੇਸ ਪਹੁੰਚਿਆ। ਜੋ ਇਸ ਸਟੇਟਮੈਂਟ 'ਤੇ ਸਾਡੇ ਜਿਹੜੇ IO ਸਾਹਿਬ ਨੇ SI ਮੇਜਰ ਸਿੰਘ, ਉਹਨੇ ਤੁਰੰਤ ਕਾਰਵਾਈ ਕਰਦੇ ਹੋਏ ਮੁਕੱਦਮਾ 295A IPC ਤਹਿਤ ਥਾਣਾ ਸਿਵਲ ਲਾਈਨ ਦਰਜ ਕਰਾ ਦਿੱਤਾ ਅਤੇ ਦੌਰਾਨੇ ਤਫਤੀਸ਼ ਦੋ ਦੋਸ਼ੀਆਂ ਨੂੰ ਇਹਦੇ 'ਚ ਗ੍ਰਿਫਤਾਰ ਕਰ ਲਿੱਤਾ। 13 ਤਰੀਕ ਨੂੰ ਮਨਜੀਤ ਕੌਰ ਅਤੇ ਕੁਲਵਿੰਦਰ ਕੌਰ ਜੀ ਨੂੰ ਪੇਸ਼ ਅਦਾਲਤ ਕੀਤਾ ਗਿਆ, ਬਾਕੀ ਤਫਤੀਸ਼ ਜਾਰੀ ਹੈ। ਹਾਲਾਂਕਿ ਗੁਰਦੁਆਰਾ ਸਾਹਿਬਾਨ 'ਚ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਰੋਕਣ ਲਈ SGPC ਵੱਲੋਂ ਗੁਰਦੁਆਰਾ ਸਾਹਿਬ 'ਚ ਪੁਖਤਾ ਪ੍ਰਬੰਧ ਕਰਨ ਦੀਆਂ ਹਦਾਇਤਾਂ ਹਨ, ਬਾਵਜੂਦ ਇਸ ਦੇ ਅਜਿਹੀਆਂ ਘਟਨਾਵਾਂ ਵਾਪਰਨਾ ਬੇਹੱਦ ਮੰਦਭਾਗਾ ਹੈ। ਬਠਿੰਡਾ ਤੋਂ ਅਮਿਤ ਸ਼ਰਮਾ, ਜਗਬਾਣੀ TV।